ਹੈਲੋ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ? ਜਿਹੜੇ ਮੇਰੇ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰਦੇ ਆ, ਉਹਨਾਂ ਦਾ ਬਹੁਤ ਬਹੁਤ ਸਵਾਗਤ। ਤੁਸੀਂ ਦੇਖਦੇ ਹੋਵੋਗੇ ਕੀ ਕਰ ਰਿਹਾ ਹਾਂ, ਔਰ ਟਾਈਮ ਲੱਗ ਰਿਹਾ ਹਾਂ, ਸਟ੍ਰੈਸ 'ਚ ਲੱਗ ਰਿਹਾ ਹਾਂ, ਮਸਲ ਸਟਿਫ ਹੈਗੇ ਆ। ਸੋ ਇਹ ਪਰੇਸ਼ਾਨੀ ਹਰ ਹਿੰਦੁਸਤਾਨੀ ਨੂੰ ਅੱਜ ਦੀ ਡੇਟ ਦੇ ਵਿੱਚ ਹੈਗੀ ਹੈ। ਕੀ ਬੱਚਾ, ਕੀ ਜਵਾਨ, ਕੀ ਟੀਨੇਜਰ, ਕੀ ਬੁੱਢਾ। ਸੋ ਕਾਰਨ ਸਭ ਤੋਂ ਮੋਬਾਈਲ ਹੈ। ਜਿੰਨੀ ਪ੍ਰੋਬਲਮ ਪਿਛਲੇ 10 ਸਾਲਾਂ ਦੇ ਵਿੱਚ ਸਰਵਾਈਕਲ ਦੀ ਸਾਰਿਆਂ ਨੂੰ ਹੋਈ ਹੈ, ਉਹ ਗਿਫਟ ਜਿਹੜਾ ਹੈਗਾ ਇਹ ਮੋਬਾਈਲ ਨੇ ਹੀ ਦਿੱਤਾ ਹੈ। ਮੈਂ ਗਿਫਟ ਇਸ ਲਈ ਕਹਿ ਰਿਹਾ ਕਿਉਂਕਿ ਜਿਹੜੀ ਬਿਨਾਂ ਮੰਗੇ ਚੀਜ਼ ਕਿਸੇ ਕੋਲੋਂ ਮਿਲਦੀ ਹੈ ਉਹਨੂੰ ਆਪਾਂ ਗਿਫਟ ਦਾ ਨਾਮ ਦਿੰਦੇ ਹਾਂ। ਸੋ ਦੋਸਤੋ, ਇਹ ਜਿਹੜਾ ਨੈਕ ਦਾ ਜਿੰਨਾ ਵੀ ਪੋਰਸ਼ਨ ਹੈ, ਇਹਦੇ ਉੱਤੇ ਸਟ੍ਰੈਸ ਹੈ, ਮਸਲ ਪੇਨ ਕਰਦੇ ਨੇ, ਕਿਸੇ ਨੂੰ ਸਰਵਾਈਕਲ ਹੈ, ਕਿਸੇ ਨੂੰ ਮਾਈਗ੍ਰੇਨ ਹੈ, ਔਰ ਕਿਸੇ ਨੂੰ ਪੜ੍ਹਨ ਲਿਖਣ ਦੇ ਵਿੱਚ ਦਿੱਕਤ ਆਉਂਦੀ ਹੈ। ਸੋ ਇਹ ਸਾਰੀ ਪ੍ਰੋਬਲਮ ਸਾਨੂੰ ਮੋਬਾਈਲ ਨੇ ਦਿੱਤੀ ਹੈ। ਕਿਸ ਤਰ੍ਹਾਂ ਦਿੱਤੀ ਹੈ? ਉਹ ਜਦੋਂ ਜਿਹੜੇ ਸਾਡਾ ਜਿਹੜਾ ਲਿਵਿੰਗ ਸਟਾਈਲ ਇੰਨਾ ਖਰਾਬ ਹੋ ਗਿਆ ਹੈ ਕਿ ਅਸੀਂ 2 ਸਾਲ ਦੇ ਬੱਚੇ ਨੂੰ ਅਸੀਂ ਮੋਬਾਈਲ ਦੇ ਦਿੰਦੇ ਹਾਂ, ਤਾਂ ਦੋਸਤੋ ਇਹ ਚੀਜ਼ ਕਰਨਾ ਬੰਦ ਕਰ ਦਿਓ, ਮੇਰੀ ਗੁਜ਼ਾਰਿਸ਼ ਹੈ। ਕਿਉਂ? ਕਿਉਂਕਿ 2 ਸਾਲ ਤੋਂ ਲੈ ਕੇ 12-15 ਸਾਲ ਤੱਕ ਜਦੋਂ ਬੱਚੇ ਨੇ ਮੋਬਾਈਲ ਦੇਖਣਾ ਹੈ, ਇਹ ਜਿਹੜੀ ਗਰੋਇੰਗ ਏਜ ਹੈਗੀ ਆ, ਇਹਦੇ ਵਿੱਚ ਜਦੋਂ ਬੱਚੇ ਦੇ ਨੈਕ ਥੱਲੇ ਕਰਕੇ ਇਸ ਪੋਜੀਸ਼ਨ ਦੇ ਵਿੱਚ ਮੋਬਾਈਲ ਨੂੰ ਕੰਟੀਨਿਊ ਦੇਖਣਾ ਹੈ, ਤਾਂ ਇਸ ਪੋਜੀਸ਼ਨ ਦੇ ਵਿੱਚ 40 ਪਾਊਂਡ ਸਾਡਾ ਜਿਹੜਾ ਵੇਟ ਹੈਗਾ, 40 ਪਾਊਂਡ ਐਕਸਟਰਾ ਵੇਟ ਸਾਡੀ ਨੈਕ ਦੇ ਉੱਤੇ ਪੈ ਰਿਹਾ ਹੈ ਕੰਟੀਨਿਊ ਜਦੋਂ ਤੁਸੀਂ ਇਸ ਤਰ੍ਹਾਂ ਮੋਬਾਈਲ ਦੇਖਦੇ ਹੋ। ਦੂਸਰਾ ਸਾਡਾ ਖਾਣ ਪਾਣ, ਨੈਕ ਦੀ ਜਿਹੜੀ ਪ੍ਰੋਬਲਮ ਹੈਗੀ ਆ, ਸਰਵਾਈਕਲ ਦੀ ਜਿਹੜੀ ਪ੍ਰੋਬਲਮ ਹੈਗੀ ਆ, ਉਹ ਸਾਨੂੰ ਵੱਧ ਤੋਂ ਵੱਧ ਮੋਬਾਈਲ ਨੇ ਦਿੱਤੀ ਹੈ। ਸੋ ਦੋਸਤੋ, ਅਗਰ ਤੁਸੀਂ ਇਸ ਤਰ੍ਹਾਂ ਮੋਬਾਈਲ ਤੁਸੀਂ ਦੇਖਦੇ ਹੋ ਖੁਦ, ਜਾਂ ਤੁਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦੇ ਉੱਤੇ ਛੱਡ ਦਿੰਦੇ ਹੋ, ਔਰ ਆਪ ਤੁਸੀਂ ਰਿਲੈਕਸ ਫੀਲ ਕਰਦੇ ਹੋ ਕਿ ਠੀਕ ਹੈ, ਬੱਚਾ ਚੁੱਪ ਹੈ, ਬੱਚਾ ਮੋਬਾਈਲ ਦੇ ਉੱਤੇ ਲੱਗਾ ਹੋਇਆ ਹੈ, ਵੀਡੀਓ ਗੇਮ ਖੇਡ ਰਿਹਾ ਹੈ, ਜਾਂ ਯੂਟਿਊਬ ਦੇ ਉੱਤੇ ਕਾਰਟੂਨ ਦੇਖ ਰਿਹਾ ਹੈ, ਤਾਂ ਤੁਸੀਂ ਇਹ ਬੰਦ ਕਰ ਦਿਓ। ਨਹੀਂ ਤਾਂ ਤੁਹਾਡੇ ਬੱਚੇ ਨੂੰ 15 ਸਾਲ ਦੀ ਉਮਰ ਤੱਕ ਪਹੁੰਚਦੇ ਸਰਵਾਈਕਲ ਹੋ ਜਾਏਗੀ, ਔਰ ਤੁਸੀਂ ਫਿਜ਼ੀਓਥੈਰੇਪਿਸਟ ਡਾਕਟਰਸ ਕੋਲ ਜਾ ਕੇ ਪਰੇਸ਼ਾਨ ਹੋ ਜੂਗੇ, ਉਹਦਾ ਤੁਹਾਨੂੰ ਹੱਲ ਨਹੀਂ ਮਿਲੇਗਾ। ਸੋ ਦੋਸਤੋ, ਅਗਰ ਜਿਹਨਾਂ ਨੂੰ ਇਹ ਪ੍ਰੋਬਲਮ ਆ ਚੁੱਕੀ ਹੈ, ਮੈਂ ਇੱਕ ਛੋਟੀ ਜਿਹੀ ਐਕਸਰਸਾਈਜ਼ ਦੱਸਦਾ, ਉਹ ਤੁਸੀਂ ਘਰ ਰੈਗੂਲਰ ਸਵੇਰੇ ਸ਼ਾਮ 20-25 ਜਾਂ ਰੈਪੀਟੀਸ਼ਨ ਇਹਨੂੰ ਐਕਸਟੈਂਡ ਕਰ ਦੂੰਗੇ ਹੌਲੀ ਹੌਲੀ, ਅਤੇ ਤੁਹਾਡੀ ਇਹ ਪ੍ਰੋਬਲਮ ਕਿਤੇ ਨਾ ਕਿਤੇ ਠੀਕ ਹੋ ਜਾਏਗੀ। ਦੋਸਤੋ, ਇਸ ਵੀਡੀਓ ਦੇ ਜਿਹੜੇ ਸੀਕਰੇਟ ਹੈਗੇ ਆ, ਜਾਂ ਹੋਰ ਫਰਦਰ ਨੈਕਸਟ ਐਕਸਰਸਾਈਜ਼ ਕਿਹੜੀ ਹੈ, ਅਗਰ ਤੁਸੀਂ ਵੱਧ ਤੋਂ ਵੱਧ ਲਾਈਕ ਕਰਦੇ ਹੋ, ਫੇਸਬੁੱਕ ਦੇ ਉੱਤੇ ਮੇਰੇ 5000 ਫੋਲੋਅਰਸ ਨੇ ਜਿਹੜੇ ਆਪਣੇ ਸਰੀਰ ਨੂੰ, ਆਪਣੀ ਬਾਡੀ ਨੂੰ ਪਿਆਰ ਕਰਦੇ ਨੇ, ਉਹ ਇਹ ਵੀਡੀਓ ਦੇਖ ਰਹੇ ਨੇ, ਤਾਂ ਵੱਧ ਤੋਂ ਵੱਧ ਲਾਈਕ ਕਰੋ, ਕਮੈਂਟਸ ਕਰੋ। ਤੁਹਾਡੇ ਕਮੈਂਟਸ ਦੇ ਨਾਲ ਮੈਨੂੰ ਪਤਾ ਲੱਗਦਾ ਕਿ ਤੁਹਾਡਾ ਇੰਟਰਸਟ ਕਿੰਨਾ ਹੈ, ਅਤੇ ਫਿਰ ਤੁਹਾਡੇ ਇੰਟਰਸਟ ਦੇ ਨਾਲ ਮੇਰਾ ਇੰਟਰਸਟ ਬਣਦਾ ਹੈ ਕਿ ਮੈਂ ਤੁਹਾਨੂੰ ਨੌਲੇਜ ਦੇਣੀ ਹੈ, ਕੋਈ ਨਵੀਂ ਵੀਡੀਓ ਬਣਾ ਕੇ ਦੇਣੀ ਹੈ। ਤਾਂ ਤੁਹਾਡੇ ਲਾਈਕਸ ਤੋਂ ਮੈਨੂੰ ਪਤਾ ਲੱਗੇਗਾ ਤੁਸੀਂ ਕਿੰਨਾ ਪਿਆਰ ਦਿੱਤਾ ਮੈਨੂੰ ਇਸ ਵੀਡੀਓ ਨੂੰ, ਔਰ ਮੈਂ ਨਵੀਂ ਵੀਡੀਓ ਬਣਾ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਾਂਗਾ। ਸੋ ਆਓ ਦੇਖਦੇ ਹਾਂ ਐਕਸਰਸਾਈਜ਼ ਕਿਹੜੀ ਕਰਨੀ ਹੈ। ਦੋਸਤੋ, ਤੁਸੀਂ ਇਸ ਤਰ੍ਹਾਂ ਦਾ ਟੇਬਲ ਲੈ ਲਓ, ਜਾਂ ਘਰ ਦੇ ਉੱਤੇ ਬੈੱਡ ਦੇ ਉੱਤੇ ਤੁਸੀਂ ਲੇਟ ਜਾਣਾ ਹੈ। ਨੈਕ ਦਾ ਪੋਰਸ਼ਨ ਤੁਸੀਂ ਬੈੱਡ ਤੋਂ ਅੱਗੇ ਰੱਖਣਾ ਹੈ, ਹਵਾ ਦੇ ਵਿੱਚ ਰੱਖਣਾ ਹੈ, ਔਰ ਸਿੱਧੇ ਲੇਟ ਜਾਣਾ ਹੈ, ਸ਼ੋਲਡਰ ਪਿੱਛੇ ਕਰ ਦੇਣੇ ਨੇ, ਔਰ ਇੱਥੇ ਪ੍ਰੈਸ਼ਰ ਦੇਣਾ ਹੈ 1, 2, 3, 4, 5, ਇੰਨੀ ਹੀ ਨੈਕ ਚੱਕਣੀ ਹੈ, ਨਾ ਜ਼ਿਆਦਾ ਪਿੱਛੇ ਜਾਵੇ, ਬਸ ਸਟ੍ਰੇਟ 1, 2, 3, 4, 5, 1, 2, 3, 4, 5, 1, 2, 3, 4, 5, 1, 2, 3, 4, 5, 1, 2, 3, 4, 5, ਸ਼ੋਲਡਰ ਨੂੰ ਉੱਪਰ ਹੀ ਸਟ੍ਰੈਚ ਕਰਕੇ ਰੱਖਣਾ ਹੈ, ਔਰ ਛਾਤੀ ਨਹੀਂ ਚੱਕਣੀ, ਸਿਰਫ ਤੁਹਾਡੀ ਨੈਕ ਦਾ ਪੋਰਸ਼ਨ ਜਿਹੜਾ ਹੈਗਾ ਵਾ, ਆ ਜਿਹੜੀ ਸ਼ੋਲਡਰ ਲਾਈਨ ਹੈਗੀ ਹੋਰੀਜ਼ੋਂਟਲ, ਇਹ ਤੁਹਾਡੀ ਟੇਬਲ ਦੀ ਜਿਹੜੀ ਬਾਹਰਲੀ ਸਾਈਡ ਹੈਗੀ ਹੈ, ਇਹਦੇ ਪੈਰਲਰ ਹੋਣੀ ਚਾਹੀਦੀ ਹੈ, ਔਰ ਨੈਕ ਤੋਂ ਲੈ ਕੇ ਸਿਰ ਤੱਕ ਦਾ ਪੋਰਸ਼ਨ ਹਵਾ 'ਚ ਹੋਣਾ ਚਾਹੀਦਾ ਹੈ। ਔਰ ਇਹ ਐਕਸਰਸਾਈਜ਼ ਅਗਰ ਤੁਸੀਂ 20 ਰੈਪੀਟੀਸ਼ਨ ਹੌਲੀ ਹੌਲੀ ਵਧਾਉਂਦੇ ਹੋ, 25, 30, 35, 40, ਤਾਂ ਦਿਨ ਦੇ ਵਿੱਚ 1 ਟਾਈਮ 2 ਟਾਈਮ ਕਰਦੇ ਹੋ, ਤਾਂ ਤੁਹਾਡੇ ਜਿਹੜੇ ਨੈਕ ਦੇ ਮਸਲ ਹੈ, ਕੋਲਰ ਮਸਲ ਹੈ, ਔਰ ਜਿਹੜੇ ਸਕੈਲਟਨ ਮਸਲ ਨੇ, ਇਹ ਸਾਰੇ ਇੰਪਰੂਵ ਹੋਣਗੇ।
वर्टिब्रा और वर्टिब्रा दे विच सेंटर दे विच डिस्क होंदी है जिहनू असीं कह दिंदे आ स्लिप डिस्क हो गई है या डिस्क हिल गई है साडी। ਉਹ ਮਸਲ ਜਦੋਂ ਸਟਰੋਂਗ ਹੋ ਜਾਂਦੇ ਤਾਂ ਬੋਨ ਦੇ ਉੱਤੇ ਨਰਵਸ ਸਿਸਟਮ ਦੇ ਉੱਤੇ ਪ੍ਰੈਸ਼ਰ ਜਿਹੜਾ ਪੈਣਾ ਉਹ ਘੱਟ ਜਾਂਦਾ ਹੈ। ਤਾਂ ਜਿਨ੍ਹਾਂ ਦੇ ਸਰਵਾਈਕਲ ਦੇ ਨਾਲ ਬਾਹਾਂ ਦੇ ਵਿੱਚ ਵੀ ਦਰਦ ਜਾਂਦੀ ਹੈ, ਇੱਥੋਂ ਬਾਂਹ ਸੁੱਤੀ ਰਹਿੰਦੀ ਹੈ ਜਾਂ ਲਿਟਲ ਫਿੰਗਰ ਔਰ ਰਿੰਗ ਫਿੰਗਰ ਵੀ ਇੱਥੇ ਵੀ ਦਰਦ ਪਹੁੰਚਦੀ ਹੈ ਤਾਂ ਤੁਹਾਨੂੰ ਇਸ ਐਕਸਰਸਾਈਜ਼ ਦੇ ਨਾਲ ਕਾਫੀ ਰਿਲੀਫ ਹੋਏਗਾ। ਸੋ ਇਹ ਐਕਸਰਸਾਈਜ਼ ਤੁਸੀਂ ਜ਼ਰੂਰ ਦੇਖੋ ਔਰ ਇਹਨੂੰ ਫੋਲੋ ਕਰੋ। ਵੱਧ ਤੋਂ ਵੱਧ ਮੇਰੇ ਫੇਸਬੁੱਕ ਦੇ ਜਿਹੜੇ ਪੇਜ ਨੂੰ ਲਾਈਕ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਔਰ ਮੇਰੇ ਯੂਟਿਊਬ ਦੇ ਚੈਨਲ ਜਿਮ ਹੀ ਲਾਈਫ ਉਹਨੂੰ ਲਾਈਕ ਕਰੋ। ਉਹਦੇ 'ਤੇ ਜਾ ਕੇ ਤੁਸੀਂ ਹੋਰ ਅੱਛੀਆਂ ਅੱਛੀਆਂ ਐਕਸਰਸਾਈਜ਼, ਬਾਡੀ ਨੂੰ ਕਿਸ ਤਰ੍ਹਾਂ ਫਿੱਟ ਰੱਖਣਾ ਹੈ, ਕਿੱਦਾਂ ਸਲਿਮ ਰੱਖਣਾ ਹੈ, ਤਾਂ ਹੋਰ ਵੀ ਅਗਰ ਤੁਸੀਂ ਪਰਸਨਲੀ ਮੈਨੂੰ ਡਾਇਟ ਪਲੈਨ ਵਾਸਤੇ, ਪਰਸਨਲ ਕੋਚਿੰਗ ਵਾਸਤੇ, ਔਨਲਾਈਨ ਕੋਚਿੰਗ ਵਾਸਤੇ ਤੁਸੀਂ ਕੰਸਲਟ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਦੋਸਤੋ।